ਬੀਬੀ ਸੁਰਿੰਦਰ ਕੌਰ ਜੀ ਕਹਿ ਰਹੇ ਆ ਕਿ ਹਾਂ ਕਾਰਵਾਈ ਕਰ ਦਿਓ। ਮੇਰਾ ਤਾਂ ਸਵਾਲ ਹੈ ਆਮ ਆਦਮੀ ਪਾਰਟੀ ਕਿ ਉਹ ਨਜਾਇਜ਼ ਕਲੋਨੀ ਤੁਹਾਡੇ ਬੇਟੇ ਦੀ ਹੈ ਜਾਂ ਨਹੀਂ, ਆ ਜਿਹੜੀ ਹੈ ਮੇਰਾ ਤਾਂ ਸਵਾਲ ਹੈ ਕਿ ਇਹ ਤੁਹਾਡੀ ਜ਼ਮੀਨ ਹੈ ਕਿ ਨਹੀਂ। ਨੰਬਰ ਦੋ, ਕਿ ਇਹ ਰਜਿਸਟਰੀ ਜਿਹੜੀ ਹੈ ਇਹਦੇ ਉੱਤੇ ਫੋਟੋ ਆ ਜਿਹੜੀ ਬੀਬੀ ਸੁਰਿੰਦਰ ਕੌਰ ਜੀ ਤੁਹਾਡੇ ਬੇਟੇ ਦੀ ਹੈ ਕਿ ਨਹੀਂ, ਕੀ ਉਸ ਕਮਰਸ਼ੀਅਲ ਜਗ੍ਹਾ ਨੂੰ ਤੁਸੀਂ ਰੈਜੀਡੈਂਸ਼ੀਅਲ ਬਣਾਉਣ ਵਾਸਤੇ CLU ਕਰਾਇਆ ਕਿ ਨਹੀਂ, ਤੁਸੀਂ ਸਰਕਾਰ ਦੇ ਖਜ਼ਾਨੇ ਚ ਫੀਸ ਜਮ੍ਹਾਂ ਕਰਾਈ ਕਿ ਨਹੀਂ, ਤੁਸੀਂ NOC ਲੈਣ ਵਾਸਤੇ ਗਲਤ ਕਾਗਜ਼ ਦਫ਼ਤਰ ਵਿੱਚ ਸਬਮਿਟ ਕੀਤੇ ਕਿ ਨਹੀਂ, ਗੈਰ ਕਾਨੂੰਨੀ ਤਰੀਕੇ ਨਾਲ ਤੁਸੀਂ ਆਪਣੀ ਰਾਜਸੀ ਤਾਕਤ ਦਾ ਨਜਾਇਜ਼ ਇਸਤੇਮਾਲ ਕਰਦਿਆਂ ਤੁਸੀਂ ਸੀਵਰੇਜ ਦੇ ਪਾਣੀ ਦੇ ਕਨੈਕਸ਼ਨ ਉਹਨਾਂ ਛੋਟੇ ਛੋਟੇ ਕੱਟੇ ਗਏ ਪਲਾਟਾਂ ਨੂੰ ਦਿੱਤੇ ਜੋੜੇ ਕਿ ਨਹੀਂ, ਸਾਡਾ ਤਾਂ ਸਵਾਲ ਇਹ। ਕਾਰਵਾਈ ਤਾਂ ਜਦੋਂ ਹੁਣ ਪਬਲਿਕ ਡੋਮੇਨ ਵਿੱਚ ਜਦੋਂ ਮਾਮਲਾ ਆ ਗਿਆ, ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਸੀ, ਜਦੋਂ ਹੁਣ ਪ੍ਰੈਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗ ਗਿਆ, ਕਾਰਵਾਈ ਕਰਨਾ ਤਾਂ ਉਹਨਾਂ ਦਾ ਫਰਜ਼ ਹੈ। ਪਰ ਤੁਸੀਂ ਇਹ ਜਵਾਬ ਦਿਓ ਕਿ ਜਿਹੜੀ ਸਵਾਲ ਮੈਂ ਕੀਤੇ ਆ ਉਹਨਾਂ ਦਾ ਜਵਾਬ ਦਿਓ। ਇਹ ਮੈਂ ਸਵਾਲ ਇਸ ਕਰਕੇ ਵੀ ਕੀਤੇ ਆ ਕਿ ਜਦੋਂ ਲੋਕ ਵੋਟ ਪਾਉਣ ਉਸ ਤੋਂ ਪਹਿਲਾਂ ਵਿਚਾਰ ਕਰ ਲੈਣ ਕਿ ਕਿਹੋ ਜਿਹੇ ਉਮੀਦਵਾਰ ਨੂੰ ਵੋਟ ਪਾਉਣੀ ਆ, ਕਿ ਉਹ ਉਮੀਦਵਾਰ ਜਿਹੜੇ ਪਰਿਵਾਰ ਵਾਸਤੇ ਕਾਨੂੰਨ ਨੂੰ ਤੋੜਦੇ ਆ ਤੇ ਆਪਣੀ ਰਾਜਸੀ ਸ਼ਕਤੀ ਦਾ ਗੈਰ ਕਾਨੂੰਨੀ ਨਜਾਇਜ਼ ਇਸਤੇਮਾਲ ਕਰਦੇ ਆ, ਜਾਂ ਉਹ ਜਿਹੜੇ ਸੱਚੇ ਸੁੱਚੇ ਦਾ ਸ਼ਰੀਫ ਆ। ਮੇਰਾ ਤਾਂ ਇਹ ਸਵਾਲ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।